ਕੌਮਾਂ ਉਹੀ ਤਰੱਕੀ ਕਰਦੀਆਂ ਨੇ ਜਿਨ੍ਹਾਂ ਕੋਲ ਵਡਮੁੱਲੇ ਇਤਿਹਾਸ ਹੁੰਦੇ ਨੇ ਅਤੇ ਜਿਹੜੇ ਕੌਮਾਂ ਉਹਨਾਂ ਇਤਿਹਾਸ ਨੂੰ ਸਾਂਭ ਕੇ ਰੱਖਦੀਆਂ ਨੇ ਉਹਨਾਂ ਕੌਮਾਂ ਦਾ ਹੀ ਚੰਗੇਰਾ ਸੁਨਹਿਰਾ ਭਵਿੱਖ ਹੁੰਦਾ ਹੈ। ਔਰ ਜਿਹੜੀਆਂ ਕੌਮਾਂ ਆਪਣੇ ਸਾਹਿਤ ਨੂੰ ਆਪਣੇ ਧਰਮ ਨੂੰ ਇਤਿਹਾਸ ਨੂੰ ਸਾਂਭ ਕੇ ਰੱਖਦੀਆਂ ਨੇ ਅਤੇ ਪੜ੍ਹਦੀਆਂ ਨੇ ਅਤੇ ਉਸ 'ਤੇ ਅਮਲ ਕਰਦੀਆਂ ਨੇ ਉਹ ਕੌਮਾਂ ਦੇ ਮੀਲੋ ਮੀਲ ਜੁਗੋ ਜੁਗ ਜਿਹੜੇ ਹੈ ਝੰਡੇ ਝੂਲਦੇ ਹੈ। ਕਿਸਾਨੀ ਮੋਰਚੇ ਦੀ ਬਾਤ ਪਾਉਂਦਾ ਵਰਲਡ ਪੰਜਾਬੀ ਟੀਵੀ ਇੱਕ ਇੱਕ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਿਹਾ। ਪਹੁੰਚੇ ਸੀਗੇ, ਲੰਘ ਰਹੇ ਸੀਗੇ, ਤਰਨ ਤਾਰਨ ਤੋਂ ਬਜ਼ੁਰਗ ਆਏ ਸੀਗੇ, ਉਹਨਾਂ ਨਾਲ ਗੱਲਬਾਤ ਹੋਈ ਅਤੇ ਸੋਚਿਆ ਕਿ ਉਹ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਵੀ ਉਸ ਗੱਲਬਾਤ ਦੀ ਸਾਂਝ ਪਾਈਏ। ਬਜ਼ੁਰਗ ਇੱਕ ਵਾਰੀ ਪਹਿਲਾਂ ਆਪਦਾ ਨਾਮ ਦੱਸ ਦਿਓ ਅਤੇ ਕਿੱਥੋਂ ਆਏ ਹੋ? ਬਲਕਾਰ ਸਿੰਘ ਜੀ ਹਮਾਰਾ ਨਾਮ। ਆਪਣਾ ਕੀ ਨਾਮ ਬਜ਼ੁਰਗ? ਮੁਖਤਿਆਰ ਸਿੰਘ। ਮੁਖਤਿਆਰ ਸਿੰਘ ਕਿੱਥੋਂ ਆਏ ਮੁਖਤਿਆਰ ਜੀ? ਆ ਜੀ ਹੈ ਤਰਨ ਤਾਰਨ ਜ਼ਿਲ੍ਹਾ ਤੇ ਕਿੜੀਆਂ ਪਿੰਡ ਹਰੀਕੇ ਪੱਤਣ ਦੇ ਨਾਲ। ਕਿੰਨੇ ਦਿਨਾਂ ਤੋਂ ਆਏ ਹੋਏ ਹੋ? ਅੱਜ ਸਾਨੂੰ 25 ਤਰੀਕ ਦੇ ਆਏ ਹਾਂ ਇੱਥੇ। 25 ਦੇ? ਹਾਂ। ਡਿਗਰੀਆਂ ਲਈਆਂ ਉਸ ਤਰ੍ਹਾਂ ਪੜ੍ਹ ਕੇ ਨਹੀਂ ਲਈਆਂ, ਅਸੀਂ ਕਮਾਈ ਕੀਤੀ ਇੱਥੇ, ਅਸੀਂ ਸਾਰਾ ਕੁਝ ਵੇਖਿਆ ਤੇ ਮੋਦੀ ਦੇ ਅਨਪੜ੍ਹ ਬੰਦਾ ਜਿਹੜਾ ਸਾਡੇ ਤੇ ਪੁੱਠੇ ਕਾਨੂੰਨ ਸਾਡੇ ਕਾਲੇ ਕਾਨੂੰਨ ਕਰਤੇ, ਸਾਡੇ ਤੇ ਸਾਡੀਆਂ ਜ਼ਮੀਨਾਂ ਖੋਣ ਪੈ ਗਿਆ। ਇਹ ਚੱਕਰ ਕੇ ਮੋਦੀ ਦਾ ਹੱਕ ਨਹੀਂ ਸੀ ਬਣਦਾ, ਕਿਉਂ ਇਹ ਸਰਕਾਰਾਂ ਹੀ ਅਸੀਂ ਵਾੜਾਂ ਸੀ, ਵਾੜਾਂ ਨੂੰ ਖਾਣ ਪੈ ਗਿਆ। ਇਹ ਵਾੜਾਂ ਨੂੰ ਹੁਣ ਮੋਦੀ ਖਾਣ ਚਾਹੁੰਦਾ ਵਾ ਤੇ ਪਰ ਅਸੀਂ ਮਹਾਰਾਜ ਗੁਰੂ ਪਾਤਸ਼ਾਹ ਦੇ ਸਿੱਖ ਹਾਂ, ਅਸੀਂ ਕਿਤੇ ਪੂਰਾ ਜਿੰਨਾ ਪਿਛਾ ਨਾ ਹਟਾਂਗੇ ਜਿੰਨੇ ਚਿਰ ਅਸੀਂ ਆਪਦੇ ਹੱਕ ਲੈ ਕੇ ਨਾ ਜਾਵਾਂਗੇ। ਅੱਛਾ ਇੱਕ ਗੱਲ ਅਮਰੀਕ ਜੀ, ਆਮ ਹੀ ਇਹ ਗੱਲ ਕਹਿੰਦੇ ਆ ਕਿ ਅਨਪੜ੍ਹ ਲੋਕ ਨੇ ਜਿਹੜੇ ਆ ਗਏ ਉੱਠ ਕੇ, ਇਹਨਾਂ ਨੂੰ ਨਾ ਕੋਈ ਗਿਆਨ ਆ ਨਾ ਕੁਝ ਪਤਾ। ਮੈਂ ਤੁਹਾਨੂੰ ਦੇਖ ਰਿਹਾ ਸੀ ਪਹਿਲਾਂ ਤੁਸੀਂ ਸਫਾਈ ਕਰ ਰਹੇ, ਰੜਕਾ ਲਾ ਰਹੇ ਸੀਗੇ, ਫਿਰ ਹੁਣ ਅਖਬਾਰ ਪੜ੍ਹਨ ਲੱਗ ਪਏ, ਨਿੱਤ ਪੜ੍ਹਦੇ ਅਖਬਾਰ? ਅੱਛੀ ਨਹੀਂ ਮਹਾਰਾਜ, ਕਦੀ ਕਦੀ ਪੜ੍ਹਦੇ ਹਾਂ ਪਰਮੇਸ਼ਰੋ, ਕਦੀ ਕਦੀ ਤੇ ਹੁਣ ਜਿਸ ਤਰ੍ਹਾਂ ਆਪਾਂ ਇੱਥੇ ਆਏ ਹਾਂ ਤੇ ਟਾਈਮ ਮਿਲਿਆ ਤੇ ਪੜ੍ਹ ਲਈ, ਉਸ ਤਰ੍ਹਾਂ ਕਿਸਾਨ ਆ, ਕਿਸਾਨੀ ਕਰਨ ਵਾਲੇ, ਕਿਸਾਨੀ ਕਰਨ ਵਾਲੇ। ਤੇ ਤੁਸੀਂ ਇਦੋਂ ਪਹਿਲਾਂ ਕਿਤਾਬ ਪੜ੍ਹ ਰਹੇ ਸੀਗੇ ਬੈਠੇ ਤੇ ਨਾਲੇ ਤਾਂ ਸੰਘਰਸ਼ ਲੜਿਆ ਜਾ ਰਿਹਾ, ਤੱਤੀਆਂ ਤਕਰੀਰਾਂ ਹੋ ਰਹੀਆਂ ਨੇ, ਹੋਰ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਤੇ ਕਿਤਾਬ ਪੜ੍ਹਨ ਦਾ ਵੀ ਸਮਾਂ ਮਿਲ ਜਾਂਦਾ? ਹਾਂਜੀ 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 ਬਿਲਕੁਲ ਬਿਲਕੁਲ। ਇਹ ਸਾਡੇ ਨਾ ਜਿਵੇਂ ਇੱਕ ਆਦਤ ਬਣ ਜਾਂਦੀ ਹੈ ਨਾ, ਪੜ੍ਹਿਆਂ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਹੋ? ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ, ਐਵੇਂ ਸਾਨੂੰ ਕਹੀ ਜਾ ਰਹੇ ਆ ਇਹ ਲੋਕ ਵੀ ਇਹ ਅਨਪੜ੍ਹ ਵਾ, ਇੰਝ ਜਿੱਡਾ ਪੰਜਾਬ ਪੜ੍ਹਿਆ ਲਿਖਿਆ ਉੱਡਾ ਹਿੰਦੁਸਤਾਨ ਦਾ ਕੋਈ ਸਟੇਟ ਨਹੀਂ ਇੰਨੀ ਜਿਹੜੀ ਹੈਗੀ ਆ। ਇਹਨਾਂ ਸਭ ਚਾਲਾਂ ਚੱਲੀਆਂ, ਇਹਨਾਂ ਨੂੰ ਅਨਪੜ੍ਹ ਬਣਾਉਣਾ, ਕੀ ਬਾਤ ਹੈ, ਅਮਲੀ ਬਣਾਉਣਾ, ਇਹਨਾਂ ਨੂੰ ਮੂਰਖ ਜਿਹੜਾ ਵਾ ਨਾ, ਇਹ ਇਹਨਾਂ ਨੂੰ ਗਵਾਰ ਲੋਕ ਹੈ ਕਿ ਜਿਹੜੇ ਦਿੱਲੀ ਦੇ ਲੋਕ ਹਨ, ਇਹ ਇਹਨਾਂ ਨੂੰ ਸਮਝਦੇ ਵੀ ਇਹ ਬੇਵਕੂਫ ਲੋਕ ਆ ਪੰਜਾਬ ਦੇ। ਤੁਸੀਂ ਕਿੰਨਾ ਪੜ੍ਹੇ ਲਿਖੇ ਹੋ? ਮੈਂ ਮੈਟ੍ਰਿਕ ਕੀਤੀ ਹੈ। ਮੈਟ੍ਰਿਕ ਕੀਤੀ ਹੈ? ਕਿਤਾਬਾਂ ਸਾਹਿਤ ਪੜ੍ਹਦੇ ਰਹਿੰਦੇ ਹੋ? ਹਾਂਜੀ ਪੜ੍ਹਦੇ। ਕਿਹੜਾ ਕਿਹੜਾ ਸਾਹਿਤ ਪੜ੍ਹਿਆ ਹੁਣ ਤੱਕ, ਕਿਹੜੀਆਂ ਕਿਤਾਬਾਂ ਜ਼ਿਆਦਾ ਪੜ੍ਹੀਆਂ, ਕਿਹੋ ਜਿਹਾ ਲਿਟਰੇਚਰ? ਜ਼ਿਆਦਾ ਜਸਵੰਤ ਸਿੰਘ ਕੰਵਲ ਦੇ ਨਾਵਲ ਜਿਹੜੇ ਨੇ ਉਹਨਾਂ ਦੇ ਨਾਲ ਜ਼ਿਆਦਾ ਰਿਹਾ। ਅੱਛਾ, ਜਸਵੰਤ ਕੰਵਲ ਦੇ। ਹਾਂਜੀ, ਜਸਵੰਤ ਕੰਵਲ ਦੀ ਵੀ ਜਿਹੜੀ ਲੇਖਣੀ ਆ ਉਹਦੇ ਵਿੱਚ ਬਦਲਾਅ ਆਉਂਦੇ ਰਹੇ ਆ, ਬਦਲਾਅ ਆਉਂਦੇ ਰਹੇ ਆ। ਕਦੇ ਉਹਦਾ ਝੁਕਾਅ ਸਿੱਖੀ ਵੱਲ ਹੋਇਆ, ਕਦੇ ਉਹਦਾ ਖਾੜਕੂਵਾਦ ਲਹਿਰ ਵੱਲ ਝੁਕਾਅ ਹੋਇਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਇਹ ਜਿਹੋ ਜਿਹਾ ਸਮਾਂ ਬਣਦਾ ਰਿਹਾ ਨਾ, ਉਹ ਬੰਦੇ ਨੇ ਉਸੇ ਜੇ ਤੇ ਉਹ ਸਹੀ ਤਹਿਰੀਕ ਚੱਲਦੀ ਸੀ ਨਾ, ਉਹਨੇ ਉਹਦਾ ਹੀ ਵੱਧ ਚੜ੍ਹ ਕੇ ਨਾ ਉਹਦੇ ਪਿੱਛੇ ਆਪਦਾ ਜ਼ੋਰ ਲਗਾਇਆ। ਅਤੇ ਜਿਹੜੀ ਇਹ ਹੈਗੀ ਹੈ ਨਾ ਇਨਕਲਾਬੀ ਲਹਿਰ, ਇਹਦੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਬੰਦਾ ਨਾ, ਜਿਹਦੇ ਉਹਦੀਆਂ ਕਿਤਾਬਾਂ ਪੜ੍ਹ ਲਈਆਂ, ਉਹ ਬਹੁਤ ਜ਼ਿਆਦਾ ਇਸ ਪਾਸੇ ਵੀ ਉਹਦਾ ਝੁਕਾਅ ਹੋਇਆ। ਅੱਛਾ, ਲੋਕ ਕਹਿ ਰਹੇ ਆ, ਕਈ ਹੋਰ ਮੀਡੀਆ ਵਾਲੇ ਕਹਿ ਰਹੇ ਆ, ਜਿਹੜਾ ਕੌਮੀ ਮੀਡੀਆ ਉਹ ਕਹਿ ਰਿਹਾ ਹੈ ਕਿ ਇੱਥੇ ਜਿਹੜੇ ਆ ਖਾਲਿਸਤਾਨੀ ਬੈਠੇ ਆ, ਉਹ ਇੱਥੇ ਵਿਹਲੜ ਲੋਕ ਬੈਠੇ ਆ, ਹੁੱਲੜਬਾਜ਼ੀ ਕਰ ਰਹੇ ਆ। ਪਰ ਜਿਹੜੀ ਇਹ ਤਸਵੀਰ ਹੈ, ਇੱਕ ਵਾਰੀ ਉੱਧਰ ਤਸਵੀਰ ਦਿਖਾਓ, ਦੇਖੋ ਉਹਦੇ ਉੱਤੇ ਟਰੈਵਲਰ ਦੇ ਉੱਪਰ ਬੈਠੇ ਕਿਤਾਬ ਪੜ੍ਹ ਰਹੇ, ਇੱਕ ਵਾਰੀ ਤਸਵੀਰ ਦਿਖਾਓ ਯਾਰ, ਉਹ ਦੇਖੋ। ਕਿਹਾ ਜਾ ਰਿਹਾ ਕਿ ਇੱਥੇ ਵਿਹਲੜ ਲੋਕ ਇਕੱਠੇ ਹੋਏ ਆ, ਇੱਥੇ ਜਿਹੜਾ ਹੈ ਉਹ ਹੁੱਲੜਬਾਜ਼ੀ ਹੁੰਦੀ ਹੈ, ਇੱਥੇ ਜਿਹੜਾ ਹੈ ਉਹ ਗਲਤ ਨਾਅਰੇਬਾਜ਼ੀ ਹੁੰਦੀ ਹੈ। ਸੋ ਇਹ ਤਸਵੀਰਾਂ ਕਾਫੀ ਜਿਹੜੀਆਂ ਨੇ ਪ੍ਰਭਾਵਿਤ ਕਰਦੀਆਂ ਨੇ, ਕਾਫੀ ਜਿਹੜਾ ਹੈ ਹੁਲਾਰਾ ਦਿੰਦੀਆਂ ਨੇ। ਤੁਸੀਂ ਕਿਤਾਬ ਪੜ੍ਹ ਰਹੇ ਸੀਗੇ ਹੈ ਨਾ, ਅਤੇ ਆਹ ਹੱਥ 'ਚ ਡਾਇਰੀ ਵੀ ਹੈ, ਇੱਥੇ ਕੁਝ ਲਿਖਦੇ ਹੋ? ਹਾਂਜੀ, ਮੈਂ ਕਵਿਤਾਵਾਂ ਲਿਖੀਆਂ ਜਿੱਦਾਂ ਦਾ ਇੱਥੇ ਆਇਆ, ਮੈਂ 5 ਕਵਿਤਾ ਜਿਹੜੀਆਂ ਨਾ ਇੱਥੇ ਆ ਕੇ ਲਿਖੀਆਂ ਨੇ। ਇੱਥੇ ਆ ਕੇ ਪਹਿਲਾਂ ਵੀ ਲਿਖਦੇ ਸੀਗੇ? ਪਹਿਲਾਂ ਪਿੰਡ ਵੀ ਇੱਕ ਦੋ ਜਿਹੜਾ ਹੈ ਨਾ, ਉਹਨਾਂ ਤੋਂ ਮੈਂ ਜਾਂਦਾ ਸੰਘਰਸ਼ ਦੇ ਵਿੱਚ ਆਇਆ ਨਾ, ਇੱਕ ਦੋ ਸਾਲ ਤੋਂ ਮੈਂ
ਮੇਰਾ ਇਹ ਪਾਸੇ ਥੋੜਾ ਜਿਹਾ ਇਹ ਆ। ਆਪਾਂ ਕਵਿਤਾ ਵੀ ਸੁਣਾਂਗੇ, ਮਤਲਬ ਤੁਹਾਡੀ ਜੇਕਰ ਉਮਰ ਦੀ ਗੱਲ ਕਰਦੇ ਹਾਂ, ਤੁਹਾਡੇ ਤਜਰਬੇ ਦੀ ਗੱਲ ਕਰਦੇ ਹਾਂ, ਕਿੰਨੇ ਕੁ ਸੰਘਰਸ਼ ਦੇਖੇ ਆ ਅਤੇ ਇਸ ਸੰਘਰਸ਼ ਨੂੰ ਉਹਨਾਂ ਸੰਘਰਸ਼ਾਂ ਦੇ ਮੁਕਾਬਲੇ ਕਿੰਨਾ ਕੁ ਵੱਡਾ ਵੇਖਦੇ ਹੋ? ਸੰਘਰਸ਼ ਹੀ ਉਹ ਜਿਹੜਾ ਐਮਰਜੈਂਸੀ ਲਾਈ ਸੀ ਇੰਦਰਾ ਗਾਂਧੀ ਨੇ, ਉਹ ਵੀ ਵੇਖਿਆ, ਜਿਹੜੇ ਉਹ ਦਰਬਾਰ ਸਾਹਿਬ 'ਤੇ ਜੋ ਕੁਛ ਹੋਇਆ ਬਾਅਦ ਦੇ ਵਿੱਚ ਉਹ ਵੀ ਵੇਖਿਆ। ਉਦੋਂ ਕਿਹੋ ਜਿਹੇ ਹਾਲਾਤ ਸੀ, ਕਿਹੋ ਜਿਹਾ ਮਾਹੌਲ ਸੀ? ਉਦੋਂ ਜਿਹੜਾ ਨਾ ਜਿਹੜਾ ਅੱਜ ਵਾ ਨਾ, ਇਹਦਾ ਨਹੀਂ ਉਹ ਮੁਕਾਬਲਾ ਕਰ ਸਕਦੇ। ਇਹਦੇ 'ਚ ਕੋਈ ਬੰਦਾ ਨਹੀਂ ਰਿਹਾ, ਕੋਈ ਜਾਤੀ, ਕੋਈ ਕਿਸੇ ਨੇ ਨਹੀਂ ਵੇਖਿਆ ਵੀ ਇਹ ਅਸੀਂ ਕਿਹੜੀ ਜਾਤੀ ਨਾਲ, ਚਾਹੇ ਪੰਜਾਬ ਦਾ ਵਾ। ਇਹ ਸਿਰਫ ਇੰਨਾ ਕੁ ਹੈ ਪੰਜਾਬ ਨੇ ਅਗਵਾਈ ਕੀਤੀ ਆ, ਸ਼ੁਰੂ ਪੰਜਾਬ ਤੋਂ ਹੋਇਆ ਅਤੇ ਜਿਹੜਾ ਮੁਲਕ ਕਰ ਲਿਆ, ਸਾਰੇ ਮੁਲਕ ਨੇ ਇਹਦਾ ਨਾ ਆਣ ਕੇ, ਅਤੇ ਜਿਵੇਂ ਸਿਹਰਾ ਪੰਜਾਬ ਦੇ ਸਿਰ 'ਤੇ ਵੱਜ ਗਿਆ ਸਾਰੇ ਦਾ। ਜਿਹੜੀਆਂ ਕਵਿਤਾਵਾਂ ਲਿਖੀਆਂ ਨੇ, ਹਾਂਜੀ, ਉਹਨਾਂ 'ਚੋਂ ਕੋਈ ਕਵਿਤਾ ਸੁਣਾਓ, ਗਾ ਕੇ ਸੁਣਾਓਗੇ ਕਿ ਬੋਲ ਕੇ ਸੁਣਾਓਗੇ? ਮੈਂ ਗਾ ਕੇ ਸੁਣਾਊਂਗਾ। ਚਲੋ ਫਿਰ ਗਾ ਕੇ ਸੁਣਾਓ, ਤਰਨਮ 'ਚ ਹੋ ਜੇ। ਸਾਡਾ ਗੁਰੂ ਹੋਇਆ ਤੇਗ ਬਹਾਦਰ, ਸਾਰੇ ਹਿੰਦ ਦੀ ਸੀ ਬਣ ਗਿਆ ਚਾਦਰ, ਅਸੀਂ ਉਹਨਾਂ ਯੋਧਿਆਂ ਦੇ ਵਰਸਾਏ ਹੋਏ ਹਾਂ, ਜਿਨ੍ਹਾਂ ਤਲੀਆਂ 'ਤੇ ਸੀਸ ਟਿਕਾਏ ਹੋਏ ਹਾਂ, ਨਾ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਅਸੀਂ ਗਲੇ ਨਾਲ ਸਭਨਾਂ ਨੂੰ ਲਾਉਂਦੇ ਹਾਂ, ਸਾਡੇ ਵੱਡਿਆਂ ਦੇ ਅਸੀਂ ਸਮਝਾਏ ਹੋਏ ਹਾਂ, ਅਸੀਂ ਤਲੀਆਂ 'ਤੇ ਸੀਸ ਟਿਕਾਏ ਹੋਏ ਹਾਂ, ਸਾਡਾ ਲਹੂ ਨਾਲ ਲਿਖਿਆ ਇਤਿਹਾਸ ਜੀ, ਬੰਦ ਬੰਦ ਕਟਵਾ ਕੇ ਹੋਏ ਪਾਸ ਜੀ, ਸਾਡਾ ਲਹੂ ਨਾਲ ਲਿਖਿਆ ਇਤਿਹਾਸ ਜੀ, ਬੰਦ ਬੰਦ ਕਟਵਾ ਕੇ ਹੋਏ ਪਾਸ ਜੀ, ਸੱਚ ਲਈ ਅਸੀਂ ਖੋਪਰ ਲੁਹਾਏ ਹੋਏ ਹਾਂ, ਅਸੀਂ ਤਲੀਆਂ 'ਤੇ ਸੀਸ ਟਿਕਾਏ ਹੋਏ ਹਾਂ, ਸਾਡੀ ਦੁਨੀਆ ਤੋਂ ਵੱਖਰੀ ਪਛਾਣ ਹੈ, ਸਾਨੂੰ ਦਸਵੇਂ ਗੁਰੂ 'ਤੇ ਬੜਾ ਮਾਣ ਹੈ, ਅਸੀਂ ਚਿੜੀਆਂ ਤੋਂ ਬਾਜ ਤੜਾਏ ਹੋਏ ਹਾਂ, ਅਸੀਂ ਤਲੀਆਂ 'ਤੇ ਸੀਸ ਟਿਕਾਏ ਹੋਏ ਹਾਂ, ਸਾਨੂੰ ਰਾਏ ਪਾ ਗਏ ਗਦਰੀ ਜੋ ਬਾਬੇ ਸੀ, ਸਾਡੇ ਨਾਲ ਕਰਤਾਰ ਸਿਉਂ ਸਰਾਬੇ ਸੀ, ਸਾਨੂੰ ਰਾਏ ਪਾ ਗਏ ਗਦਰੀ ਜੋ ਬਾਬੇ ਸੀ, ਸਾਡੇ ਨਾਲ ਕਰਤਾਰ ਸਿਉਂ ਸਰਾਬੇ ਜੀ, ਰੱਸੇ ਫਾਂਸੀਆਂ ਦੇ ਚੁੰਮ ਚੁੰਮ ਪਾਏ ਹੋਏ ਹਾਂ, ਅਸੀਂ ਤਲੀਆਂ 'ਤੇ ਸੀਸ ਟਿਕਾਏ ਹੋਏ ਹਾਂ, ਅਸੀਂ ਸਾਂਝੀ ਵਾਲਤਾ ਦੇ ਸਦਾ ਹਾਮੀ ਰਹੇ, ਸਾਡੇ ਗੁਰੂ ਜਿਹੜੇ ਪੁੱਤਰਾਂ ਦੇ ਦਾਨੀ ਰਹੇ, ਪੂਰੇ ਪਰਿਵਾਰ ਦੁਨੀਆਂ ਦੇ ਲੇਖੇ ਲਾਏ ਹੋਏ ਹਾਂ, ਅਸੀਂ ਤਲੀਆਂ 'ਤੇ ਸੀਸ ਟਿਕਾਏ ਹੋਏ ਹਾਂ, ਅਸੀਂ ਕਹਿਣਾ ਚਾਹੁੰਦੇ ਮੋਦੀ ਸਰਕਾਰ ਨੂੰ, ਫੋਕੇ ਦਬਕੇ ਨਾ ਐਵੇਂ ਸਾਨੂੰ ਮਾਰ ਤੂੰ, ਅਸੀਂ ਕਹਿਣਾ ਚਾਹੁੰਦੇ ਮੋਦੀ ਸਰਕਾਰ ਨੂੰ, ਫੋਕੇ ਦਬਕੇ ਨਾ ਐਵੇਂ ਸਾਨੂੰ ਮਾਰ ਤੂੰ, ਗਿੱਲਾ ਦੁਨੀਆਂ 'ਤੇ ਝੰਡੇ ਅਸੀਂ ਚਲਾਏ ਹੋਏ ਹਾਂ, ਅਸੀਂ ਤਲੀਆਂ 'ਤੇ ਸੀਸ ਟਿਕਾਏ ਹੋਏ ਹਾਂ, ਅਸੀਂ ਤਲੀਆਂ 'ਤੇ ਸੀਸ ਟਿਕਾਏ ਹੋਏ ਹਾਂ। ਕਿਆ ਬਾਤ ਹੈ, ਕਿਆ ਬਾਤ ਹੈ! ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ। ਅੱਗੇ ਆਓ, ਅੱਗੇ ਆਓ, ਅੱਗੇ ਆਓ, ਅੱਗੇ ਆਓ, ਅੱਗੇ ਆਓ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਿੰਦਰ ਸਿੰਘ ਬੈਨੀਪਾਲ ਹੈ ਜੀ। ਕਿੱਥੋਂ ਆਏ ਹੋ ਤੁਸੀਂ? ਮੈਂ ਦਰਾਹੇ ਤੋਂ ਜ਼ਿਲ੍ਹਾ ਲੁਧਿਆਣਾ। ਕਿੰਨੇ ਦਿਨ ਹੋ ਗਏ? ਮੈਨੂੰ ਆਏ ਨੂੰ ਹੋ ਗਏ 10 ਦਿਨ ਜੀ ਉਰੇ। ਅੱਛਾ, 10 ਦਿਨ ਹੋ ਗਏ। ਬਹੁਤ ਸੋਹਣੀ ਗੱਲ ਹੈ, ਤੁਸੀਂ ਇਸ ਸੰਘਰਸ਼ ਦਾ ਹਿੱਸਾ ਬਣੇ ਹੋ, ਆਪਣੇ ਹੱਕ ਹਕੂਕ ਦੀ ਬਾਤ ਪਾ ਰਹੇ ਆ ਲੋਕ ਅੱਗੇ ਆਏ ਆ। ਕੋਈ ਆ ਕੇ ਕੋਈ ਕਿਤਾਬ ਪੜ੍ਹੀ ਹੈ ਜਾਂ ਕੁਛ ਲਿਖਿਆ? ਜਿਵੇਂ ਬਜ਼ੁਰਗ ਲਿਖ ਰਹੇ ਨੇ, ਕਹਿੰਦੇ ਜਦਣ ਤੇ ਆਏ ਆ ਰੋਜ਼ ਇੱਕ ਕਿਤਾਬ ਪੜ੍ਹਦੇ ਆ। ਨਹੀਂ, ਅਸੀਂ ਇਹਨਾਂ ਬਜ਼ੁਰਗਾਂ ਕੋਲ ਆ ਕੇ ਅਸੀਂ ਸੁਣਦੇ ਆ, ਸਾਡੇ ਵੀਰੇ ਸਾਨੂੰ ਰੋਜ਼ ਸਪੀਚ ਦਿੰਦੇ ਨੇ, ਸੋ ਰੋਜ਼ ਜਾਗਰੂ ਕਰਦੇ ਨੇ, ਕੁਛ ਐਸਾ ਕਰੀਏ, ਕੁਛ ਐਸਾ ਕਰਕੇ ਦਿਖਾਈਏ, ਜੇ ਉਰੇ ਆਏ ਹਾਂ ਤਾਂ ਕੁਛ ਇਕੱਠੇ ਹੋ ਕੇ ਕਰਕੇ ਦਿਖਾਈਏ, ਐਂ ਹੁੱਲੜਬਾਜ਼ੀ ਨਾ ਕਰੀਏ। ਸਾਰੇ ਵੀਰਾਂ ਨੂੰ ਬੇਨਤੀ ਹੈ, ਜਿਹੜੇ ਡਿੱਕ ਲਾ ਕੇ ਘੁੰਮਦੇ ਫਿਰਦੇ ਨੇ ਨਾ, ਉਹ ਆਪਣੇ ਆਪ ਨੂੰ ਬੰਦ ਕਰਨ, ਜਾਂ ਕਿਸੇ ਨੂੰ ਸਪੀਚ ਦੇਣ, ਭਾਈ ਅਸੀਂ ਆਹ ਕਰਨਾ ਆਹ ਕਰਨਾ। ਡਿੱਕ ਵਾਲੇ ਹੁੱਲੜਬਾਜ਼ੀ ਜੋ ਦਾਰੂ ਸ਼ਰਾਬਾਂ ਪੀਂਦੇ ਨੇ, ਆਪਦਾ ਬਚ ਕੇ ਰਹੋ। ਇੱਥੇ ਦੋਵੇਂ ਚੀਜ਼ਾਂ ਕੰਮ ਕਰ ਰਹੀਆਂ ਨੇ, ਜੋਸ਼ ਜਿਹੜਾ ਨੌਜਵਾਨੀ ਦਾ ਕੰਮ ਕਰ ਰਿਹਾ, ਹੋਸ਼ ਜਿਹੜਾ ਸਾਡੇ ਬਾਬਿਆਂ ਦਾ ਕੰਮ ਕਰ ਰਿਹਾ, ਅਤੇ ਇਹ ਤਸਵੀਰਾਂ ਵੇਖ ਕੇ, ਅਜਿਹੇ ਮਾਹੌਲ ਵੇਖ ਕੇ, ਜਦੋਂ ਵਾਰ ਵਾਰ ਕੌਮੀ ਮੀਡੀਆ ਹੋ ਗਿਆ, ਕੌਮੀ ਆਗੂ ਹੋ ਗਏ, ਉਹ ਇਹ ਗੱਲਾਂ ਕਹਿ ਰਹੇ ਹੋਏ ਨੇ, ਇੱਥੇ ਗਲਤ ਅਨਸਰ ਬੜੇ ਹੋਏ ਨੇ, ਇੱਥੇ ਫਲਾਂ ਲੋਕ ਤੁਰੇ ਫਿਰਦੇ ਆ, ਇੱਥੇ ਹੁੱਲੜਬਾਜ਼ੀ ਹੁੰਦੀ ਹੈ। ਮੈਂ ਪਹਿਲਾਂ ਵੀ ਵਿਖਾਇਆ ਸੀਗਾ, ਜਿਵੇਂ ਉਹ ਬੈਠੇ ਬਾਬੇ ਦੇਖੋ ਕਿਤਾਬ ਪੜ੍ਹ ਰਹੇ ਆ, ਇੱਦਾਂ ਕਿਤਾਬਾਂ ਦੇ ਲੰਗਰ ਸ਼ੁਰੂ ਹੋ ਗਏ ਆ। ਇੱਥੋਂ ਕੀ ਚੇਟਕ ਲੈ ਕੇ ਜਾਊਂਗੇ? ਕਿਉਂਕਿ ਇਸ ਲੋਕ ਲਹਿਰ ਦੇ ਵਿੱਚ ਜਦੋਂ ਲੋਕ ਲਹਿਰਾਂ ਇਕੱਠੀਆਂ ਹੁੰਦੀਆਂ ਨੇ, ਉਹਨਾਂ 'ਚੋਂ ਬਹੁਤ ਕੁਛ ਨਿਕਲਦਾ, ਬਹੁਤ ਨਵੇਂ ਆਯਾਮ ਪੈਦਾ ਹੁੰਦੇ ਆ, ਬਹੁਤ ਸਾਰੀਆਂ ਇਬਾਰਤਾਂ ਨਵੀਆਂ ਘੜੀਆਂ ਜਾਂਦੀਆਂ ਨੇ, ਤੁਸੀਂ ਇੱਥੋਂ ਕੁਛ ਸਿੱਖ ਕੇ ਜਾਓਗੇ ਇਹਨਾਂ ਤੋਂ? ਹਾਂਜੀ ਹਾਂ, ਅਸੀਂ ਬਜ਼ੁਰਗ ਤਾਂ ਬਹੁਤ ਕੁਛ ਸਿੱਖ ਰਹੇ ਹਾਂ ਔਰ ਸਿੱਖਾਂਗੇ ਵੀ, ਜੋ ਬਜ਼ੁਰਗ ਸਾਨੂੰ ਹੁਕਮ ਦੇਣਗੇ, ਸਾਡੇ ਬਜ਼ੁਰਗ ਮੂਹਰੇ ਡਟੇ ਹੋਏ ਨੇ, ਅਸੀਂ ਇਹਨਾਂ ਤੋਂ ਮਗਰ ਥੋੜ੍ਹੀ ਹਟਾਂਗੇ। ਤੁਸੀਂ ਵੀਡੀਓ ਬਣਾ ਰਹੇ ਸੀਗੇ, ਸੋਹਣੀ ਗੱਲ ਆ, ਅਤੇ ਕੋਈ ਕਿਤਾਬ ਪੜ੍ਹੀ? ਮੈਂ ਇੱਥੇ ਆ ਕੇ ਤਾਂ ਨਹੀਂ ਕਿਤਾਬ ਪੜ੍ਹੀ, ਪਰ ਇਸ ਤੋਂ ਪਹਿਲਾਂ ਕਾਫੀ ਕਿਤਾਬਾਂ ਪੜ੍ਹ ਚੁੱਕਿਆ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਾਅ ਦਾ ਸਟੂਡੈਂਟ ਹਾਂ,
ਅਤੇ ਮੇਰੀ ਮਾਸਟਰ ਕੀਤੀ ਹੋਈ ਹੈ ਤਾਂ ਉਹ ਸਮੇਂ ਦੇ ਵਿੱਚ ਮੈਂ ਕਿਤਾਬਾਂ ਖੁਦ ਵੀ ਪੜ੍ਹੀਆਂ ਲਿਖੀਆਂ ਵੀ ਹੈ। ਸਬਜੈਕਟ ਨਾਲ ਰਿਲੇਟਡ ਜਾਂ ਸਾਹਿਤ ਨਾਲ ਜੁੜੀਆਂ ਕਿਤਾਬਾਂ ਪੜ੍ਹਦੇ ਰਹੇ? ਮੈਂ ਸਾਹਿਤ ਨਾਲ ਅਤੇ ਸਬਜੈਕਟ ਨਾਲ ਦੋਨਾਂ ਨਾਲ ਹੀ ਪੜ੍ਹਦਾ ਰਿਹਾ। ਕਿੱਧਰ ਦੀ ਜ਼ਿਆਦਾ ਰੁਚੀ ਕੀ ਰਹੀ ਹੈ? ਦੋਨੇ ਪਾਸਿਆਂ ਦੀ ਰੁਚੀ ਸੀ। ਕਾਨੂੰਨ ਲੋੜ ਮੁਤਾਬਕ ਪੜ੍ਹਿਆ ਜਾਂਦਾ ਸੀ ਅਤੇ ਸਾਹਿਤ ਹੈ ਉਹ ਆਪਦੀ ਸੈਟਿਸਫੈਕਸ਼ਨ ਵਾਸਤੇ। ਹਰ ਭਾਸ਼ਾ ਕੋਲ ਆਪਣਾ ਸਾਹਿਤ ਹੈ ਕਿ ਜ਼ਿਆਦਾ ਕਿਹੜੀ ਭਾਸ਼ਾ ਦਾ ਸਾਹਿਤ ਪੜ੍ਹਿਆ? ਮੈਂ ਪੰਜਾਬੀ ਭਾਸ਼ਾ ਜ਼ਿਆਦਾਤਰ ਨਾਵਲ ਕਵਿਤਾਵਾਂ ਘੱਟ ਪੜ੍ਹੀਆਂ, ਪਰ ਮੈਂ ਲਿਖੀਆਂ ਕਵਿਤਾਵਾਂ ਜੋ ਹਾਲੇ ਮੈਨੂੰ ਯਾਦ ਨਹੀਂ ਮੈਂ ਸੁਣਾਉਂਦਾ ਜ਼ਰੂਰ। ਨਾਵਲ ਵੀ ਪੜ੍ਹਿਆ? ਨਾਵਲ ਬਹੁਤ ਪੜ੍ਹੇ। ਕਿਹਦੇ ਨਾਵਲ ਪੜ੍ਹੇ? ਮੈਂ ਜਾ ਗੁਰਦਿਆਲ ਸਿੰਘ ਫੁੱਲ ਦੇ ਅਤੇ ਨਾਨਕ ਸਿੰਘ ਜੀ ਦੇ ਅਤੇ ਜਸਵੰਤ ਕਵਲ ਦੇ ਵੀ ਪੜ੍ਹੇ ਆ। ਕਿਹੜਾ ਨਾਵਲ ਪੜ੍ਹੇ? ਮੈਨੂੰ ਨਾਮ ਨਹੀਂ ਯਾਦ ਹੈ, ਇਹਨਾਂ ਦੋਨਾਂ ਦੇ ਮੈਂ ਜ਼ਰੂਰ ਪੜ੍ਹੇ ਆ। ਬਾਬਾ ਜੀ ਨੇ ਸਾਰਾ ਜਸਵੰਤ ਕਵਲ ਪੜ੍ਹਿਆ ਬਾਬਾ ਜੀ ਨੇ। ਬਾਬਾ ਜੀ ਕੋਈ ਇੱਕ ਨਾਵਲ ਦੱਸੋ ਜਿਹੜਾ ਤੁਹਾਨੂੰ ਸਭ ਤੋਂ ਵੱਧ ਜਸਵੰਤ ਕਮਲ ਦੇ ਨਾਵਲ ਨੇ ਪ੍ਰਭਾਵਿਤ ਕੀਤਾ? ਸੱਚ ਨੂੰ ਫਾਂਸੀ ਮੇਰੇ ਖਿਆਲ ਉਹਨਾਂ ਦਾ ਹੀ ਲਿਖਿਆ ਹੋਇਆ ਜੀ। ਜਸ਼ੀਲੇਪਣ ਚ ਲਿਖਿਆ ਤੇ ਜਿਹੜੇ ਸਾਡੇ ਹੈਗੇ ਨਾ ਕਿਸਾਨੀ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਰਿਹਾ ਉਹਨਾਂ ਦੇ ਨਾਵਲਾਂ ਦੇ ਵਿੱਚ ਨਾ ਕਿਸਾਨੀ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਕਮਲ ਨੇ ਕਿਰਤੀਆਂ ਦੀ ਜ਼ਿਆਦਾ ਬਾਤ ਪਾਈ। ਜੋ ਅੱਜ ਇੱਥੇ ਇਸ ਵੱਡੀ ਖੜੀ ਹੋਈ ਲੋਕ ਲਹਿਰ ਨੂੰ ਅਸੀਂ ਤੁਸੀਂ ਸਾਰੇ ਵੇਖ ਰਹੇ ਹੋ, ਤੁਸੀਂ ਇਸ ਸਭ ਨੂੰ ਆਪਣੇ ਪੂਰੇ ਜੀਵਨ ਦੇ ਨਾਲ ਕਿਵੇਂ ਮਾਪਦੇ ਹੋ, ਕਿਵੇਂ ਆਖਦੇ ਹੋ, ਕਿਵੇਂ ਵੇਖਦੇ ਹੋ? ਇਹ ਜੀ ਜਿਹੜਾ ਜ਼ਿੰਦਗੀ ਦਾ ਜਿਹੜਾ ਇਹਦੇ ਪਿੱਛੇ ਪਿੱਛੇ ਜਿਹੜਾ ਸਮਾਂ ਲੰਘ ਚੁੱਕਾ, ਇਹੋ ਜਿਹਾ ਮਾਹੌਲ ਜਿਹੜਾ ਅੱਜ ਬਣ ਚੁੱਕਾ ਨਾ, ਇਹਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਅਸੀਂ ਇਹੋ ਜਿਹਾ ਵੇਖਿਆ ਹੀ ਕੁਛ ਨਹੀਂ ਆਪਦੀ ਜ਼ਿੰਦਗੀ 'ਚ। ਇੰਨੇ ਨੌਜਵਾਨ ਵੀਰ ਖੜੇ ਆ, ਧਰਮਾਂ ਦੇ ਲੋਕ ਇਕੱਤਰ ਹੋ ਕੇ ਆਏ, ਜਿੱਥੇ ਕਿ ਬਾਤ ਪਾਈ ਜਾਂਦੀ ਹੈ ਕਿ ਇੱਥੇ ਖਾਲਿਸਤਾਨੀ ਨੇ, ਇਹ ਵੀ ਲੋਕ ਨੇ, ਮੁਸਲਮਾਨ ਭਾਈਚਾਰਾ ਖੜਾ, ਹਿੰਦੂ ਵੀਰ ਇੱਥੇ ਇਕੱਤਰ ਆਇਆ, ਇਹ ਤਸਵੀਰਾਂ ਉਹਨਾਂ ਲੋਕਾਂ ਨੂੰ ਸ਼ਾਇਦ ਜਵਾਬ ਹੋਣਗੀਆਂ ਜਿਹੜੇ ਇਸ ਤਰੀਕੇ ਦਾ ਜਿਹੜਾ ਭੰਡੀ ਪ੍ਰਚਾਰ ਕਰਦੇ ਆ। ਖੈਰ ਆਪਾਂ ਗੱਲਬਾਤ ਕਰ ਰਹੇ ਸੀਗੇ, ਆਹ ਨੌਜਵਾਨ ਵੀਰਾਂ ਨੂੰ ਕੀ ਕਹੋਗੇ, ਇਹਨਾਂ ਨੌਜਵਾਨਾਂ ਨੂੰ, ਬੱਚਿਆਂ ਨੂੰ, ਇਹਨਾਂ ਨੂੰ ਕੀ ਕਹੋਗੇ ਵੀ ਜਿਵੇਂ ਅੱਜ ਜਿਹੜੀ ਇਹ ਲੋਕ ਲਹਿਰ ਖੜੀ ਹੋਈ ਆ, ਕੱਲ੍ਹ ਨੂੰ ਫਿਰ ਕੋਈ ਮੁਸੀਬਤ ਪੈਂਦੀ ਹੈ, ਫਿਰ ਕੋਈ ਕਹਿਰ ਡਿੱਗ ਪੈਂਦਾ, ਤਾਂ ਕਿਵੇਂ ਮਿਲ ਕੇ ਜੁੱਟ ਕੇ ਕਿਸ ਮਨਸ਼ਾ ਕਿਸ ਦਿਸ਼ਾ ਨਾਲ ਅੱਗੇ ਵਧਣ? ਇਹ ਸਾਡੇ ਨੌਜਵਾਨਾਂ ਨੂੰ ਨਾ ਇੰਨਾ ਭੰਡਿਆ ਗਿਆ ਇਹਨਾਂ ਸਰਕਾਰਾਂ ਵੱਲੋਂ, ਕਦੀ ਅਮਲੀ ਕਦੀ ਕੋਈ, ਅਸੀਂ ਵੇਖ ਕੇ ਹੈਰਾਨ ਰਹਿ ਗਏ। ਜਿੱਦਣ ਪਹਿਲੇ ਦਿਨ ਨਾ ਇਹਨਾਂ ਚੁੱਕ ਚੁਕੋੜੇ ਕਰੇਨਾਂ ਨਾਲ ਉਹਨਾਂ ਨੇ ਰੱਖੇ ਸੀ ਉਹ ਜਿਹੜੇ ਪੱਥਰ। ਪਰ ਬਾਬਾ ਜੀ ਇੱਕ ਗੱਲ ਹੈ, ਚਲੋ ਠੀਕ ਹੈ, ਆਪਾਂ ਇੱਕ ਗੱਲ ਮੰਨਦੇ ਹਾਂ ਵੀ ਠੀਕ ਹੈ ਵੀ ਜਿਹੜਾ ਹੈਗਾ ਭੰਡਿਆ ਗਿਆ ਹੋਊਗਾ ਕੋਈ, ਪਰ ਧੂੰਆਂ ਵੀ ਤਾਂ ਹੀ ਉੱਠਿਆ ਹੋਊਗਾ ਜੇ ਕਿਤੇ ਨਾ ਕਿਤੇ ਮਾੜੀ ਮੋਟੀ ਅੱਗ ਹੋਊਗੀ। ਆਪਾਂ ਆਪਣੇ ਬੱਚਿਆਂ ਨੂੰ ਵੀ ਸੇਧ ਦੇਣੀ ਚਾਹੀਦੀ ਹੈ। ਕਹਿੰਦੇ ਆ ਨਾ ਵੀ ਘਰ ਦੇ ਵਿੱਚ ਮਾੜੀ ਚੀਜ਼ ਦੇ ਉੱਤੇ ਪਰਦਾ ਪਾ ਕੇ ਅਸੀਂ ਉਸ ਨੂੰ ਵਾਧਾ ਕਰਦੇ ਹਾਂ। ਇਹ ਦੇਖੋ ਜੀ, ਇਹ ਆ ਬੱਚੀ ਅਤੇ ਪਹਿਲਾ ਨੰਬਰ ਤਾਂ ਮਾਪਿਆਂ ਦਾ ਇਹਨਾਂ ਨੂੰ ਸਮਝਾਉਣ ਦਾ, ਅਤੇ ਜਿਹੜੀ ਹੁੰਦੀ ਹੈ ਨਾ ਸਰਕਾਰ ਉਹ ਪ੍ਰਜਾ ਦੀ ਮਾਂ ਹੁੰਦੀ ਆ। ਇਹ ਜਿੱਥੇ ਵੀ ਕੋਈ ਮੁਸ਼ਕਲ ਬਣਦੀ, ਕੋਈ ਮੁਸੀਬਤ ਆਉਂਦੀ ਆ, ਉੱਥੇ ਹਰ ਥਾਂ 'ਤੇ ਸਰਕਾਰ ਨੂੰ ਜਾਂ ਉੱਥੇ ਦੇ ਮੰਤਰੀ ਨੂੰ ਜਾਂ ਕੋਈ ਵੀ ਨੁਮਾਇੰਦਾ ਉਹਨੂੰ ਹਾਜ਼ਰ ਹੋਣਾ ਚਾਹੀਦਾ ਸਰਕਾਰ ਨੂੰ, ਯਾਨੀ ਕਿ ਮਾਂ ਬਣ ਕੇ ਰੋਲ ਅਦਾ ਕਰਨਾ ਚਾਹੀਦਾ। ਤੁਸੀਂ ਕਿਵੇਂ ਦੇਖਦੇ ਹੋ ਵੀ ਸਰਕਾਰਾਂ ਦੇ ਕੀ ਰੋਲ ਹੁੰਦੇ ਨੇ, ਕਿਵੇਂ ਉਹਨਾਂ ਨੂੰ ਰੋਲ ਅਦਾ ਕਰਨੇ ਚਾਹੀਦੇ ਅਤੇ ਕਿਵੇਂ ਕਰ ਰਹੀਆਂ ਨੇ? ਰੋਲ ਤੇ ਕਰਨੇ ਚਾਹੀਦੇ ਆ, ਜਿਸ ਤਰ੍ਹਾਂ ਹੁਣ ਬੱਚੇ ਆ ਵੇ ਝੜਦੀ ਮਾਲੀ ਫਿਰਦੇ ਆ, ਕੁੱਕਦੇ ਫਿਰਦੇ ਆ, ਕੋਈ ਅਮਲੀ ਨਹੀਂ, ਕੋਈ ਗੱਲ ਨਹੀਂ, ਤਾਂ ਸਰਕਾਰਾਂ ਇਹਨਾਂ ਨੂੰ ਅਮਲੀ ਬਣਾਉਂਦੀਆਂ। ਜਿਸ ਤਰ੍ਹਾਂ ਕੋਈ MLA ਇਲਾਕੇ ਦਾ, ਉਹ ਇਹਨਾਂ ਨੂੰ ਜਦੋਂ MLA ਬਣਨਾ ਹੁੰਦਾ ਉਦੋਂ ਭਾਜਪਾ ਜੱਫੀਆਂ ਪਾਈ ਜਾਂਦੇ ਆ, ਅਤੇ ਜਦੋਂ ਉਹ ਬਣ ਜਾਂਦੇ ਆ ਉਦੋਂ ਇਹਨਾਂ ਨਾਲ ਧੱਕਾ ਵੀ ਕਰਦੇ ਆ। ਕਈ ਕੁਛ ਇਹਨਾਂ ਨਾਲ ਹੁੰਦੇ ਆ, ਇਹ ਨਹੀਂ ਹੋਣਾ ਚਾਹੀਦਾ। ਇਹ ਜਾਣ ਕੇ ਸਰਕਾਰ ਕਰਦੀ ਆ, ਜਿਹੜੇ ਸਾਡੇ ਲੋਕ ਕਮਾਈ ਕਰਨ ਵਾਲੇ ਬੰਦੇ ਆ ਬਹੁਤ ਕਮਾਈ ਕਰਦੇ ਆ, ਅਤੇ ਜਿਹੜੇ ਆ ਅਮਲੀ ਬਣਾਉਣ ਦੇ ਮੁੰਡਿਆਂ ਨੂੰ ਕੋਈ ਅਮਲੀ ਨਹੀਂ ਮੁੰਡੇ ਬਣਦੇ। ਅੱਛਾ, ਜਿਵੇਂ ਸਰਕਾਰਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਬਹੁਤ ਤਰ੍ਹਾਂ ਦੇ ਹੱਥਕੰਡੇ ਬਣਾਉਂਦੀਆਂ ਨੇ, ਪੈਂਤੜੇ ਬਣਾਉਂਦੀਆਂ ਨੇ, ਕਹੋਗੇ ਇਹਨਾਂ ਮੁੰਡਿਆਂ ਨੂੰ ਵੀ ਪਹਿਲਾਂ ਜਾਗ ਜਾਈਏ, ਪਹਿਲਾਂ ਜਿਹੜੀ ਕੋਈ ਚੀਜ਼ ਦਾ ਬੀਜ ਬੀਜਿਆ ਜਾ ਰਿਹਾ ਗਲਤ ਚੀਜ਼ ਦਾ, ਉਹਨੂੰ ਪਹਿਲਾਂ ਹੀ ਨਾ ਸੀ ਉਹਨੂੰ ਧਰਤੀ ਦੇ ਗਰਭ ਦੇ ਵਿੱਚ ਜਾਣ ਦਈਏ? ਉਹ ਤਾਂ ਇੱਕ ਗੱਲ ਹੋਰ ਆ, ਇਹ ਜਿਹੜੀ ਗੱਲ ਇਹ ਬਹੁਤ ਗੱਲ ਇਹ ਸਹੀ ਆ, ਜਾਣੀ ਤਾਂ ਪਹਿਲੋਂ ਹੀ ਨਹੀਂ ਚਾਹੀਦੀ, ਪਰ ਜਿਹੜੇ ਵਿੱਚ ਕੋਈ ਬੰਦਾ ਉਹੋ ਜਿਹਾ ਇੱਕ ਮੀਂਹ ਮਾੜਾ ਹੋ ਗਿਆ, ਮੈਂ ਤੈਨੂੰ ਗਲਤ ਰਾਏ ਪਾਉਣਾ, ਮੇਰੇ ਗਲਤ ਰਾਏ ਪਾਇਆ ਤੂੰ ਪੈ ਗਿਓ, ਪਰ ਦੁਨੀਆਂ ਪੈਂਦੀ ਨਹੀਂ। ਦੁਨੀਆਂ ਹੁਣ ਬਹੁਤ ਜ਼ਿਆਦਾ ਜਿਹੜੀ ਆ ਨਾ, ਜਿਹੜੇ ਅੱਜ ਦੇ ਗੱਭਰੂ ਆ ਇਹ ਅੱਗੇ ਜਾ ਰਹੇ ਆ, ਹੁਣ ਇਹ ਪੜ੍ਹੇ ਲਿਖੇ ਬੰਦੇ ਆ, ਹੁਣ ਇਹ ਮਾੜੇ ਦੇ ਛੇਤੀ ਆਖੇ ਨਹੀਂ ਲੱਗਦੇ, ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨਾ ਕਈਆਂ ਨੂੰ ਇਹ ਬਦੋ ਵੀ ਧੱਕੇ ਨਾਲ ਜ਼ਮੀਨਾਂ ਖੋਣ ਪੈਂਦੀਆਂ। ਹੁਣ ਮੋਦੀ ਦਾ ਇਹੋ ਕੰਮ, ਚਾਰ ਚਾਰ ਪੰਜ ਪੰਜ ਕਿੱਲੇ ਅਸੀਂ ਜ਼ਮੀਨਾਂ ਵਾਹੁਣ ਲਏ ਹਾਂ, ਇਹ ਤਾਂ ਸਮਝੋ ਸਾਰੀ ਖੋਣ ਪੈ ਗਿਆ। ਇਹਨੇ ਡਾਨੀਆਂ ਬਾਨੀਆਂ ਨੂੰ ਸਭ ਕੁਛ ਇਹਨੇ ਲੈ ਲਿਆ ਆਪ, ਅਤੇ ਹੁਣ ਤੁਸੀਂ ਇਹ ਸੁਣਿਆ ਹੋਣਾ ਆਪ ਆਉਂਦੇ ਆ ਇਹ ਡਾਨੀਆਂ ਬਾਜੀ, ਅੱਜ ਤੁਸੀਂ ਗਾੜੀ ਆ ਗਏ ਤਾਂ ਕੱਲ੍ਹ ਨੂੰ ਡਾਨੇ ਬਾਨੇ ਸਾਡੇ ਗਾੜੀ ਆਉਣਗੇ, ਆਉਣਾ ਹੀ ਆਉਣਾ ਨਾ, ਜੋ ਉਹਨਾਂ ਦੇ ਮਾਇਆ ਲਈ ਨਾ ਆਉਣਾ ਆਉਣਾ।
ਸੋ ਇਹ ਜਿਹੜੀਆਂ ਸੱਥਾਂ ਅਸੀਂ ਪੰਜਾਬ 'ਚ ਆਪਣੇ ਬੋੜਾਂ ਪਿੱਪਲਾਂ ਬਰੂਟਿਆਂ ਥੱਲੇ ਹੇਠ ਲੱਗੀਆਂ ਵੇਖਦੇ ਸੀ, ਹੁਣ ਉਹ ਦਿੱਲੀ ਦੀ ਹਿੱਕ 'ਤੇ ਲੱਗੀਆਂ ਹੋਈਆਂ ਨੇ। ਉਹਨਾਂ ਲੋਕਾਂ ਨੂੰ ਜਵਾਬ ਨੇ, ਉਹਨਾਂ ਲੋਕਾਂ ਨੂੰ ਸਵਾਲ ਨੇ ਜਿਹੜੇ ਕਿ ਗਲਤ ਆਂਸਰ ਕਹਿ ਕੇ ਪ੍ਰਚਾਰਦੇ ਆ, ਉਹਨਾਂ ਨੂੰ ਪ੍ਰਸਾਰਦੇ ਆ। ਅਤੇ ਤੁਸੀਂ ਵੇਖ ਰਹੇ ਹੋ ਚੰਗਾ ਸਾਹਿਤ ਇੱਥੇ ਪੜ੍ਹਿਆ ਜਾ ਰਿਹਾ, ਰੋਜ਼ ਅਖਬਾਰ ਪੜ੍ਹੇ ਜਾ ਰਹੇ ਆ, ਹਰ ਖਬਰ ਨੂੰ ਸੁਣਿਆ ਜਾ ਰਿਹਾ, ਉਹਨੂੰ ਧਿਆਨ ਦੇ ਨਾਲ ਬੜੇ ਸੰਜਮ ਨਾਲ ਜਿਹੜਾ ਹੈ ਸਮਝਿਆ ਜਾ ਰਿਹਾ, ਔਰ ਵਾਰ ਵਾਰ ਇੱਕ ਹੋਕਾ ਦਿੱਤਾ ਜਾ ਰਿਹਾ ਕਿ ਜਬਰ ਉਹਨਾਂ ਦਾ ਅਤੇ ਸਬਰ ਸਾਡਾ। ਸੋ ਵਰਲਡ ਪੰਜਾਬੀ ਟੀਵੀ ਤੁਹਾਨੂੰ ਇਹੋ ਜਿਹੀਆਂ ਤਸਵੀਰਾਂ ਲਗਾਤਾਰ ਦਿਖਾਉਂਦਾ ਆ ਰਿਹਾ ਅਤੇ ਸਾਡਾ ਸਿਲਸਿਲਾ ਮੁਸਲਸਲ ਜਾਰੀ ਰਹੇਗਾ। ਕੈਮਰਾਮੈਨ ਸਚਿਨ ਦੇ ਨਾਲ ਨਵਜੋਤ ਸਿੰਘ ਧਾਲੀਵਾਲ, ਵਰਲਡ ਪੰਜਾਬੀ ਟੀਵੀ। ਕਿਸਾਨ ਏਕਤਾ ਜ਼ਿੰਦਾਬਾਦ।